ਡੋਰ ਤੇ ਵੀ ਗਈ ਲੋਡ ਲਾਉਣਾ ਪੈ ਜਾਂਦਾ ਤਾਂ ਇਹ ਅਸਲੀ ਆ ਇਹਦੀ ਜਿਹੜੀ ਆਹ ਹੈਗਾ ਚਮੜੀ ਚੁਮੜੀ ਜੀ ਆ ਹਾਂਜੀ ਕੀ ਹਾਲ ਚਾਲ ਨੇ ਵਧੀਆ ਸਾਰੇ ਤੇ ਅੱਜ ਆਪਾਂ ਚੱਲਿਆ ਫਰੀਜ਼ਨੋ ਤੋਂ ਸਪੋਕਨ ਨੂੰ ਵੈਸੇ ਸਪੋਕਨ ਨਹੀਂ ਖਾਸ ਉਹਦੇ ਨਾਲ ਕੋਈ ਛੋਟਾ ਜਿਹਾ ਸ਼ਹਿਰ ਹੈਗਾ ਉੱਥੇ ਚੱਲਿਆ ਆਪਾਂ ਕਾਫੀ ਦਿਨਾਂ ਬਾਅਦ ਅੱਜ ਆਪਾਂ ਟਰੱਕ ਤੇ ਬਲੌਗ ਲੈ ਕੇ ਆਉਣ ਜਾ ਰਹੇ ਹਾਂ ਸੋ ਥੋੜੇ ਜਿਹੇ ਬਿਜ਼ੀ ਹੋ ਗਏ ਸੀ ਹੁਣ ਫਿਰ ਟਰੱਕ ਤੇ ਚੜਿਆ ਇੱਕ ਕਲਵੀਰ ਇੰਡੀਅਨ ਚੱਲ ਗਿਆ ਤੇ ਉਹਦੇ ਕਰਕੇ ਥੋੜਾ ਟਾਈਮ ਲੱਗ ਗਿਆ ਦੋ ਤਿੰਨ ਦਿਨ ਵਿੱਚ ਦੀ ਮਿਸ ਹੋ ਗਏ ਦੋ ਤਿੰਨ ਦਿਨ ਆਪਾਂ ਬਿਜ਼ੀ ਹੋ ਗਏ ਤੇ ਹੁਣ ਆਪਾਂ ਨਿਕਲਦੇ ਹਾਂ ਤੇ ਟਾਈਮ ਪੂਰਾ ਪੂਰਾ ਆਪਣੇ ਕੋਲ ਇੱਥੋਂ ਕੌਫੀ ਚੱਕਾਂਗੇ ਕੌਫੀ ਚੱਕ ਕੇ ਆਪਾਂ ਨਿਕਲਦੇ ਹਾਂ ਤੇ ਜਿਹੜੇ ਚੈਨਲ ਦੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਸਮਾਨ ਸਾਰਾ ਆ ਗਿਆ ਆਪਣੇ ਕੋਲ ਅਤੇ ਹੁਣ ਫਰਿੱਜ 'ਚ ਰੱਖੀਏ ਅਤੇ ਨਿਕਲੀਏ ਆਪਾਂ ਟਾਈਮ ਨਾਲ ਕਿਉਂਕਿ ਟਾਈਮ ਆਪਣੇ ਕੋਲ ਪੂਰਾ ਪੂਰਾ ਹੀ ਆ ਸਿਫਟਾਂ 'ਚ ਉੱਥੇ ਲਾ ਦੇਣਾ ਆਪਣਾ ਲੋਡ ਕਾਹਲੂ ਲੈਣਾ ਆਪਾਂ ਦੋ ਸਿਫਟਾਂ 'ਚ ਲੋਡ ਲਾ ਲੈਣਾ ਉੱਥੇ ਅਤੇ ਆਪਾਂ i5 99 ਤੋਂ i5 ਤੋਂ 97 ਲੈ ਕੇ ਆਲ ਦਾ ਵੇ 97 ਹੀ ਜਾਣਾ ਆਪਾਂ ਨੇ ਉੱਪਰ ਤੱਕ 90 ਵੀ ਕ੍ਰੋਸ ਕਰ ਜਾਣਾ ਕੈਨੇਡਾ ਦੇ ਬਾਰਡਰ ਦੇ ਕੋਲ ਚੱਲ ਜਾਣਾ ਆਪਾਂ ਨੇ ਉੱਥੇ ਲੋਡ ਉਤਾਰਨਾ ਇਹ ਅਤੇ ਲੋਡ ਆਪਣੇ ਕੋਲ ਹੈਗਾ ਜਿਹਦੇ 'ਚ ਬੇਰੀਆਂ ਪੈ ਗਈਆਂ ਉਹ ਪਲਾਸਟਿਕ ਦੇ ਹੁੰਦੀਆਂ ਨੇ ਉਹ ਯਾਰ ਕੌਲੀਆਂ ਹੀ ਆ ਇੱਥੇ ਕੋਈ ਪਈ ਹੋਣੀ ਬੇਰੀ ਵਾਲੀ ਜਿਹਨਾਂ 'ਚ ਸਟੋਵ ਸਟੂਬੇਰੀ ਪਾਈ ਜਾਂਦੀ ਉਹ ਪਲਾਸਟਿਕ ਦੀ ਆਉਂਦੀਆਂ ਤੁਸੀਂ ਸਮਝ ਗਏ ਹੋਵੇਗੇ ਉਹ ਨਾ ਉਹ ਲੈ ਕੇ ਚੱਲੇ ਆਪਾਂ ਡਰਾਈ ਲੋਡ ਆਪਣੇ ਕੋਲ ਜਿਹੜੇ ਬੰਦੇ ਰੀਫਰ ਦਾ ਕੰਮ ਕਰਦੇ ਨੇ ਉਹ ਜਦੋਂ ਡਰਾਈ ਦਾ ਲੋਡ ਚੱਕਦੇ ਨੇ ਤਾਂ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਉਹਨਾਂ ਦਾ ਜਿਗਰਾ ਦਿਲ ਉਹਨਾਂ ਦਾ ਕਿੰਨਾ ਜ਼ਿਆਦਾ ਖੁਸ਼ ਹੋ ਰਿਹਾ ਕਿ ਨਜ਼ਾਰਾ ਹੀ ਆਇਆ ਨਾ ਕੋਈ ਫੇਗਰ ਨਾ ਫਾਕਾ ਰੀਫਰ ਦਾ ਲੈਣਾ ਨਾ ਦੇਣਾ ਨਾ ਜਿੱਥੇ ਸੌਣਾ ਨਾ ਹੈ ਨਾ ਖਹਿ ਬੰਦਾ ਲਾ ਕੇ ਸੌਂਦਾ ਅਤੇ ਡਰਾਈ ਦਾ ਇਹ ਵੀ ਥੋੜ੍ਹਾ ਜਿਹਾ ਹੈਗਾ ਲੱਦਿਆ ਵੀ ਟਾਈਮ ਨਾਲ ਜਾਂਦਾ ਅਤੇ ਲਾਹ ਵੀ ਟਾਈਮ ਨਾਲ ਲੈਂਦੇ ਨੇ ਡਰਾਈ ਦਾ ਵੇਟਿੰਗ ਬਹੁਤ ਘੱਟ ਜ਼ਿਆਦਾ ਪੈਂਦੀ ਆ ਅਤੇ ਬਾਕੀ ਦੂਜਾ ਜਿਹੜਾ ਰਾਹ ਦੀ ਟੈਨਸ਼ਨ ਆ ਟ੍ਰੇਲਰ ਦੀ ਉਹ ਬਹੁਤ ਘੱਟ ਜਾਂਦੀ ਹੈ ਕਿਤੇ ਖੜਨਾ ਕੋਈ ਬੰਦ ਨਾ ਕਰ ਜੇ ਹੈ ਨਾ ਕੋਈ ਉੱਪਰ ਨੀਚੇ ਨਾ ਟੈਂਪਰੇਚਰ ਕਰ ਦੇਵੇ ਕੋਈ ਇਹ ਨਾ ਕਰ ਦੇ ਕੋਈ ਉਹ ਨਾ ਕਰ ਦੇਵੇ ਅਤੇ ਨਾਲੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਇਹਦੇ 'ਚ ਆਪਾਂ ਲੈ ਕੇ ਜਾ ਰਹੇ ਹਾਂ ਕੋਈ ਸੀਲ ਸੂਲ ਟੁੱਟਣ ਦਾ ਵੀ ਕੋਈ ਡਰ ਨਹੀਂ ਹੈਗਾ ਪੇਪਰ ਜੇ ਜਾ ਰਹੇ ਨੇ ਹੈ ਨਾ ਵੀ ਕੋਈ ਸੀਲ ਤੋੜ ਕੇ ਫਿਰ ਇਹ ਕਈ ਵਾਰ ਲੈਂਦੇ ਨਹੀਂ ਹੈਗੇ ਜਿਵੇਂ ਕੋਈ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਇਹਦਾ ਇਹ ਵੀ ਨਜ਼ਾਰਾ ਸਭ ਤੋਂ ਵੱਡੀ ਗੱਲ ਆ ਹਾਂ ਇਹਦਾ ਵੀ ਅੱਜ ਤਾਂ ਬਾਬਾ ਸੁੱਖ ਰੱਖੇ ਅਤੇ ਝੋਟਾ ਕਾਇਮ ਆ ਹੁਣ ਆਪਣਾ ਇਹ ਦੋ ਕੁ ਦਿਨ ਲੱਗ ਗਿਆ ਸੀ ਤੰਗ ਕਰਨ ਇਹਨੇ ਦੋ ਤਿੰਨ ਖੱਜਲ ਖੁਆਰ ਕੀਤਾ ਕਿਉਂਕਿ ਉਸਤਾਦ ਕੋਲੋਂ ਆਪਣੇ ਕੋਲ ਆਇਆ ਨਾ ਫਿਰ ਇਹ ਹੁਣ ਉਸਤਾਦ ਦੇ ਹੱਥੀ ਚੜਿਆ ਹੋਇਆ ਸੀ ਫਿਰ ਉਸਤਾਦ ਦੇ ਹਿਸਾਬ ਨਾਲ ਚੱਲਦਾ ਸੀ ਇਹ ਫਿਰ ਜਦ ਕੋਈ ਵੀ ਕਹਿ ਨਹੀਂ ਦਿੰਦੇ ਹੁੰਦੇ ਘੋੜੀ ਹੋਵੇ ਰਫਲ ਹੋਵੇ ਇਹ ਚੀਜ਼ਾਂ ਉੱਪਰਾ ਕਰ ਜਾਂਦੀਆਂ ਨੇ ਹਨਾ ਇਹ ਮੇਰੇ ਕੋਲ ਆ ਕੇ ਉੱਪਰਾ ਕਰ ਗਿਆ ਸੀ ਥੋੜੇ ਜਿਹੇ ਦਿਨ ਤੇ ਹੁਣ ਕਹਿੰਦਾ ਠੀਕ ਆ ਵੀ ਹੁਣ ਆਪਾਂ ਸਾਥ ਦੇਵਾਂਗੇ ਤੇ ਰਾਜ ਨੂੰ ਪਤਾ ਲੱਗ ਗਿਆ ਵੀ ਉਸਤਾਦ ਸਾਸ ਸੱਟ ਗਿਆ ਉਹ ਕੰਟਰੀ ਆਊਟ ਕਰ ਗਿਆ ਤਾਂ ਫਿਰ ਹੁਣ ਥੋੜੇ ਕੁ ਦਿਨਾਂ 'ਚ ਹੁਣ ਇਹ ਆ ਵੀ ਹੁਣ ਇਹਦੇ ਠੀਕ ਹੈ ਮੰਨ ਗਿਆ ਕਹਿੰਦਾ ਵੀ ਮੈਂ ਠੀਕ ਆ ਤੂੰ ਡਰਾਈਵਰ ਪਰ ਵੀ ਉਸਤਾਦ ਵਾਲੀ ਗੱਲ ਤਾਂ ਨਹੀਂ ਬਣਨੀ ਹੈਗੀ ਪਰ ਵੀ ਤੂੰ ਠੀਕ ਆ ਚੱਲ ਕੋਈ ਨਹੀਂ ਕੰਮ ਸਾਰ ਲੈਂਦੇ ਆ ਕਹਿੰਦਾ ਚਲੋ ਟਾਈਮ ਮੇ ਲੰਘਣਾ ਚਾਹੀਦਾ ਅੰਦਰ ਦੇ ਮਾਮੇ ਦੇਖ ਲਾ ਵੀ ਇੱਥੇ ਮਾਮਿਆਂ ਦੇ ਕੇ ਬੰਦਾ ਗੱਲ ਭੁੱਲ ਜਾਂਦਾ ਪਰ ਵੈਸੇ ਆਪਣਾ ਕੋਈ ਗਲਤ ਤਾਂ ਨਹੀਂ ਆਪਾਂ ਸਪੀਡ ਥੋੜ੍ਹੀ ਓਵਰ ਜਾ ਰਹੇ ਹਾਂ ਸਪੀਡ ਆਪਾਂ 65 ਤੇ ਜਾ ਰਹੇ ਹਾਂ 60 ਦੀ ਸਪੀਡ 55 ਦੀ ਸਪੀਡ ਆ ਹੋਰ ਆਪਣੀ ਕੋਈ ਗਲਤੀ ਨਹੀਂ ਹੈਗੀ ਚਲੋ ਬਹੁਤ ਹੋ ਗਈਆਂ ਗੱਲਾਂ 3 ਮਿੰਟ 3.5 ਮਿੰਟ ਹੋ ਗਏ ਅੱਧੇ ਮੇਰੇ ਭਰਾ ਦਾ ਇੱਥੇ ਛੱਡ ਕੇ ਆਉਣੇ ਵੀ ਕੀ ਗੱਲਾਂ ਕਰੀ ਜਾਂਦਾ ਕਿਆ ਗੱਲ ਕਰਦੀ ਯਾਰ ਉਹ ਤਾਂ ਇੱਥੋਂ ਹੀ ਬਲੌਗ ਨੂੰ ਛੱਡ ਕੇ ਆਉਣੇ ਜਿਹੜੇ ਚੈਨਲ ਦੇ ਨਵੇਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਬਲੌਗ ਕਿੱਦਾਂ ਦਾ ਲੱਗਿਆ
ਆਪਾਂ ਨੂੰ ਬਲੌਗ ਵਧੀਆ ਬਣਾਉਣ ਦੇ ਲਈ ਕੀ ਕਰਨਾ ਚਾਹੀਦਾ। ਸੋ ਆਪਣੀ ਰਾਏ ਜ਼ਰੂਰ ਦਿਓ ਯਾਰ ਕਮੈਂਟਾਂ ਦੇ ਵਿੱਚ। ਹੁਣ ਆਪਾਂ ਬਲੌਗ ਕਹਿੰਦੇ ਹਾਂ, ਆਪਾਂ ਜਿਹੜਾ ਕੰਮ ਕਰਦੇ ਹਾਂ ਵੀ ਉਹ ਵਧੀਆ ਤਰੀਕੇ ਨਾਲ ਹੋਵੇ, ਤੁਹਾਨੂੰ ਵੀ ਵਧੀਆ ਲੱਗੇ, ਮੈਨੂੰ ਵੀ ਵਧੀਆ ਲੱਗੇ, ਹੈ ਨਾ। ਅਤੇ ਮੈਨੂੰ ਜ਼ਰੂਰ ਦੱਸਿਓ ਵੀ ਮੈਨੂੰ ਆਪਣਾ ਬਲੌਗ ਵਧੀਆ ਬਣਾਉਣ ਦੇ ਲਈ ਕੀ ਕਰਨਾ ਚਾਹੀਦਾ, ਇਹ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ। ਜੇ ਵਧੀਆ ਲੱਗਦਾ ਤਾਂ ਕੀ ਵਧੀਆ ਲੱਗਦਾ, ਜੇ ਨਹੀਂ ਵਧੀਆ ਲੱਗਦਾ ਕਿਉਂ ਨਹੀਂ ਲੱਗਦਾ, ਜੇ ਵਧੀਆ ਕਰਨਾ ਤਾਂ ਕਿਵੇਂ ਕਰਨਾ, ਇਹ ਜ਼ਰੂਰ ਦੱਸਿਓ। ਉਹ ਵੀ ਮਿੱਤਰੋ ਪੈ ਗਈ ਆ ਟ੍ਰੈਫਿਕ, ਲੱਗੂ ਇੱਥੇ ਆਪਾਂ ਨੂੰ ਘੰਟਾ ਅੱਧਾ ਘੰਟਾ। ਮੈਨੂੰ ਲੱਗਦਾ ਅੱਜ ਵੀ ਕੋਈ ਐਕਸੀਡੈਂਟ ਹੋਇਆ ਮੂਹਰੇ, ਨਹੀਂ 99 ਦੇ ਇੱਥੇ ਤਾਂ ਕੋਈ ਟ੍ਰੈਫਿਕ ਨਹੀਂ ਲੱਗਦੀ ਹੁੰਦੀ। ਦੇਖੋ ਹੁਣ ਕੀ ਬਣਦਾ, ਲਾ ਤੁਹਾਨੂੰ ਇੱਕ ਘੈਂਟ ਜੀ ਗੱਡੀ ਦਿਖਾਈਏ, ਖਮੈਰੋ ਘੈਂਟ ਆ ਹਨਾ। ਚਲੋ ਮਿੱਤਰੋ ਆਪਾਂ ਕੋਰਨਿਕ ਪਹੁੰਚ ਗਏ, ਠੰਡ ਹੈਗੀ ਆ, ਕੋਟ ਪਾ ਕੇ ਨਿਕਲਿਆ, ਉਹ ਠੰਡ ਚੱਕ ਲਵੇ ਅਤੇ ਨਾਲੇ ਪਾਵਾਂਗੇ ਬੁੱਕ ਅਤੇ ਨਾਲੇ ਟਾਕੂ ਟਰੱਕ ਵਾਲੇ ਤੋਂ ਖਾਵਾਂਗੇ ਦੋ ਟਾਕੂਆਂ, ਫਿਰ ਆਪਾਂ ਨਿਕਲਦੇ ਹਾਂ। ਮੈਨੂੰ ਲੱਗਦਾ ਪੀ ਸੀ ਬਹੁਤ ਘੰਟਾ ਇੱਥੇ ਠੰਡ 'ਚ। Turn left at the traffic light, then take the ramp on the right. ਕਈ ਵਾਰ ਓਪਨ ਡੋਰ ਤੇ ਵੀ ਗਏ ਲੋਡ ਲਾਉਣਾ ਪੈ ਜਾਂਦਾ, ਖੁੱਲੇ ਖਾਤੇ ਖੜਾ ਲੈਂਦੇ ਆ ਟਰੱਕ ਨੂੰ, ਪਰ ਇਹ ਡਰਾਈ ਲੋਡ ਆ। ਹਾਂਜੀ, ਅਤੇ ਲੋਡ ਆਪਣਾ ਲੈ ਗਿਆ ਸੀ ਅਤੇ ਮੈਂ ਚੱਲਿਆ ਸੀ ਖਾਣ ਪੀਣ ਲੈਣ ਦੇ ਲਈ, ਅਤੇ ਮੈਂ ਉੱਤਰ ਕੇ ਦੇਖਿਆ ਬਾਹਰੇ ਵਿਊ ਬਹੁਤ ਜ਼ਿਆਦਾ ਸੋਹਣਾ ਸੀ, ਡਰਾਉਣ ਆਪਣੇ ਕੋਲ ਹੈਗਾ ਸੀ, ਕਈ ਦਿਨਾਂ ਦਾ ਆਪਾਂ ਉਡਾਇਆ ਵੀ ਨਹੀਂ ਸੀ, ਅਤੇ ਮੈਂ ਕਿਹਾ ਚਲੋ ਨਾਲੇ ਇਹਨੂੰ 2 ਮਿੰਟ ਚਿੱਲ ਕਰ ਲੈਂਦੇ ਹਾਂ ਇਹਦੇ ਨਾਲ ਅਤੇ ਨਾਲੇ ਵੀਡੀਓ ਬਣਾ ਲੈਂਦੇ ਹਾਂ, ਵਿਊ ਬਾਹਲਾ ਜ਼ਿਆਦਾ ਘੈਂਟ ਆ। ਅਤੇ ਜਿਹੜੇ ਮੈਂ ਸ਼ਹਿਰ 'ਚ ਖੜ੍ਹਾਂ ਇਹਦੇ ਨਾਲ ਆ, ਆਹ ਥੋੜ੍ਹੀ ਝੀਲ ਲੱਗਦੀ ਆ, ਜਿਹੜੀ ਆ ਝੀਲ ਆ ਇਹਦਾ ਵਿਊ ਬਹੁਤ ਜ਼ਿਆਦਾ ਸੋਹਣਾ ਲੱਗਦਾ, ਕੈਮਰੇ ਦੇ ਵਿੱਚ ਪਤਾ ਨਹੀਂ ਕਿੱਦਾਂ ਦਾ ਆਉਣਾ, ਬਟ ਇੱਦਾਂ ਪੂਰਾ ਸਿਰਾ ਲੱਗਿਆ ਪਿਆ। ਚਲੋ ਡਰਾਉਣ ਨੂੰ ਨੀਚੇ ਉਤਾਰ ਕੇ ਤੁਹਾਨੂੰ ਵਿਊ ਦਿਖਾ ਕੇ ਫਿਰ ਚੱਲਦੇ ਹਾਂ ਆਪਾਂ ਖਾਣ ਪੀਣ। ਅਤੇ ਜਿਹੜੇ ਚੈਨਲ 'ਤੇ ਨਵੇਂ ਨੇ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਥੈਂਕ ਯੂ। ਆਓ ਫਿਰ ਹੁਣ ਨੀਚੇ ਉੱਤਰ ਚੱਲੀਏ। ਜਿਹੜੇ ਬੰਦੇ ਤੋਂ ਆਪਾਂ ਸਾਬੇ ਬਣਾਇਆ ਬਾਹਲਾ ਜ਼ਿਆਦਾ ਬੇਕਾਰ ਬੰਦਾ ਸੀ, ਕੰਮ ਤੋਂ ਖਿਝਿਆ ਪਿਆ ਸੀ, ਵੀ ਇਹਦੇ ਨੂੰ ਕੰਮ ਨਹੀਂ ਪਸੰਦ ਹੈਗਾ, ਕੰਮ ਛੱਡਦੇ ਵਿੱਚ ਵਿੱਚ ਲੋਕ ਬਹੁਤ। ਜਿੱਥੋਂ ਕੱਲ੍ਹ ਸਾਬੇ ਬਣਾਇਆ ਸੀ ਉਹ ਬੰਦਾ ਬਹੁਤ ਜ਼ਿਆਦਾ ਜਿਹੜਾ ਹਿਰਨ ਦੇਖਦੇ ਹਾਂ ਆਪਾਂ, ਇਹ ਅਸਲੀ ਆ, ਇਹਦੀ ਜਿਹੜੀ ਆਹ ਹੈਗਾ ਚਮੜੀ ਚੁਮੜੀ ਜੀ ਆ ਇਹ ਸਾਰੀ ਅਸਲੀ ਆ, ਇਹਦੇ ਵਿੱਚ ਕੈਮੀਕਲ ਲਾ ਕੇ ਉੱਪਰੋਂ ਸੁਕਾ ਦਿੰਦੇ ਆ, ਵਿੱਚੋਂ ਕੈਮੀਕਲ ਜਿਹਾ ਲਾ ਕੇ ਉੱਦਾਂ ਹੀ ਰੱਖ ਲੈਂਦੇ, ਜਿਹੜੀ ਇਹਦੀ ਚਮੜੀ ਆ ਵਾਲ ਵੂਲ ਜਾਂਦੇ ਆ। ਲ
ਹੁੰਦਾ ਬਈ ਇੱਥੇ ਤਾਂ ਕਾਫੀ ਨੇ ਕਿਉਂਕਿ ਪਹਾੜੀ ਏਰੀਆ ਇਹਨਾਂ ਨੇ ਇੱਥੇ ਡੁੱਕੇ ਡਾਕੇ ਹੋਣੇ ਉਹਦਾ ਚੰਗਾ ਰਾਜੀ ਆ ਜਿੱਥੇ ਆਪਾਂ ਆਏ ਸੀ ਇਹ ਫੂਡ ਕੋਰਟ ਆ ਛੋਟੀ ਜਿਹੀ ਜਾਣੀ ਕਿ ਇੱਥੇ ਸਾਰਾ ਕੁਛ ਮਿਲ ਜਾਂਦਾ ਮੈਨੂੰ ਲੱਗਦਾ ਵੀ ਇਹ ਸ਼ਹਿਰ 'ਚ ਇਹੀ ਹੋਣਾ ਇਹਨਾਂ ਦਾ ਗਰੋਸਰੀ ਲਈ ਕਿਉਂਕਿ ਇੱਥੇ ਸਾਰਾ ਕੁਛ ਮਿਲ ਰਿਹਾ ਆ ਚੱਲੀਏ ਹੁਣ ਆਪਾਂ ਠੰਡ ਹੋ ਗਈ ਟਾਈਮ ਨਾਲ ਟਰੱਕ 'ਚ ਵੜ ਜਾਈਏ ਕਿਉਂਕਿ ਇਹਨਾਂ ਨੇ ਟਾਈਮ ਨਾਲ ਘਰ ਵਗ ਜਾਈਏ ਉੱਦਾਂ ਹੀ ਇਹ ਆ ਵੀ ਟਾਈਮ ਨਾਲ ਟਰੱਕ 'ਚ ਵੜ ਜਾਈਏ ਹੁਣ ਆਪਾਂ ਨਜ਼ਾਰਾ ਦੇਖੋ ਤੁਸੀਂ ਐਂ ਲੱਗਦਾ ਵੀ ਜੰਨਤ ਜਾ ਕੇ ਜੰਨਤ ਤਾਂ ਠੀਕ ਆ ਪਰ ਠੰਡ ਬਹੁਤ ਆ ਇੱਕ ਲੇਖ ਜੀ ਵੀ ਨਾਲ ਹੈਗੀ ਆ